ਸਤਿ ਸ਼੍ਰੀ ਅਕਾਲ ਮਾਸੀ ਜੀ। ਇਹ ਕਿੱਥੋਂ ਆ ਗਈ? ਕੀ ਗੱਲ ਮਾਸੀ, ਸਤਿ ਸ਼੍ਰੀ ਅਕਾਲ ਦਾ ਜਵਾਬ ਹੀ ਨਹੀਂ ਦਿੱਤਾ? ਜਵਾਬ ਪਹੁੰਚ ਜੂਗਾ ਤੇਰੇ ਘਰ, ਇੱਥੇ ਕੀ ਲੈਣਾ ਹੈ ਤੂੰ? ਮੈਂ ਤਾਂ ਇਹੀ ਪੁੱਛਣ ਆਈ ਸੀ ਕਿ ਗੈਵੀ ਨੇ ਕਦੋਂ ਆਉਣਾ। ਤੈਨੂੰ ਗੈਵੀ ਨਾਲ ਕੀ? ਕਿਉਂ ਮਾਸੀ, ਗੈਵੀ ਤਾਂ ਸਾਡੇ ਘਰ ਦਾ ਜਵਾਈ ਹੈ ਤੇ ਜਵਾਈ ਤਾਂ ਸਹੁਰਿਆਂ ਨੂੰ ਪੁੱਤਾਂ ਤੋਂ ਵੀ ਵੱਧ ਕੇ ਹੁੰਦੇ ਨੇ। ਪੁੱਤ ਨੀ, ਏਦਾਂ ਵੀ ਕੋਈ ਬਣਾਇਆ ਪੁੱਤ ਬਣਦੇ? ਪੁੱਤ ਹੁੰਦੇ ਮਾਵਾਂ ਦੇ ਤੇ ਮੈਂ ਮਾਂ ਉਹਦੀ। ਤੇਰਾ ਭਲਾ ਉਹਦੇ ਨਾਲ ਕੀ ਰਿਸ਼ਤਾ? ਉਹੀ ਰਿਸ਼ਤਾ ਮਾਸੀ ਜਿਹਦੀਆਂ ਗੰਢਾਂ ਤੂੰ ਆਪਣੇ ਹੱਥਾਂ ਨਾਲ ਮਾਰੀਆਂ ਸੀ। ਨੀ ਤਾਂ ਹੀ ਤਾਂ ਦੰਦਾਂ ਨਾਲ ਖੋਲ ਰਹੀ ਹਾਂ, ਸਾਡੇ ਵੱਲੋਂ ਮੰਗਣੀ ਟੁੱਟੀ ਸਮਝੋ। ਕੀ ਹੋ ਗਿਆ ਮਾਸੀ, ਤੂੰ ਪਹਿਲਾਂ ਤਾਂ ਇਦਾਂ ਦੀ ਨਹੀਂ ਸੀ। ਨੀ ਉਹ ਜਗੀਰ ਕੋ ਲੱਦ ਗਈ ਜਿਹੜੀ ਤੁਹਾਨੂੰ ਨਿਉ ਨਿਉ ਕੇ ਸਲਾਮਾ ਕਰਦੀ ਸੀ, ਹੁਣ ਉਹ ਵਕਤ ਵੇਲੇ ਗਏ। ਤਾਂ ਫਿਰ ਮਾਸੀ ਤੂੰ ਵਕਤ ਵੇਲੇ ਨੂੰ ਸਲਾਮਾ ਕਰਦੀ ਸੀ? ਨੀ ਮੈਂ ਕੀ, ਸਾਰਾ ਜਮਾਨਾ ਹੀ ਉਹ ਕਰਦਾ। ਮੈਂ ਵੀ ਉਨਾ ਚਿਰੀ ਖੁਸ਼ ਸਾਂ ਜਦੋਂ ਮੈਨੂੰ ਤੁਹਾਡੀ ਥਾਲੀ ਚ ਕੁਛ ਦੀਦਾ ਸੀ। ਹੁਣ ਤਾਂ ਤੇਰੇ ਕੋਲੇ ਆਪਣੀ ਨਨਾਣ ਨੂੰ ਦੇਣ ਲਈ ਫੁੱਟੀ ਕੌਡੀ ਵੀ ਨਹੀਂ ਹੈ ਤੇ ਮੈਂ ਆਪਣਾ ਮੁੰਡਾ ਖੂਚ ਨਹੀਂ ਤੱਕਣਾ। ਨਾ ਮਾਸੀ ਨਾ, ਰੱਬ ਤੋਂ ਡਰ ਮਾਸੀ। ਇੱਕ ਦੀਦੀ ਮਾਂ ਬਣ ਕੇ ਸੋਚ, ਪੁੱਤਰ ਗੋਦੀ ਚੱਕਿਆ ਹੋਵੇ ਤਾਂ ਹਰ ਮਾਂ ਅੱਡੀਆਂ ਚੁੱਕ ਚੁੱਕ ਕੇ ਤੁਰਦੀ ਹੈ ਮਾਸੀ। ਨੀ ਤੁਰਾ ਨਾ, ਮੇਰੇ ਪੁੱਤ ਨੂੰ ਰਿਸ਼ਤਿਆਂ ਦਾ ਘਾਟਾ ਨਹੀਂ, ਚੰਗੇ ਤੋਂ ਚੰਗਾ ਰਿਸ਼ਤਾ ਤੇ ਦਾਜ ਵੀ ਮੂੰਹੋਂ ਮੰਗਿਆ ਮਿਲਦਾ। ਪਰ ਦਾਜਾ ਨਾ ਕਰਨੀ ਵਾਸਤੇ ਹੁੰਦੇ ਮਾਸੀ, ਤੇ ਭੁੱਖੇ ਨੰਗੇ ਘਰਾਂ ਵਿੱਚ ਪੁੱਤਰ ਵੀ ਨਹੀਂ ਵਿਆਹੇ ਜਾਂਦੇ। ਨਾ ਮਾਸੀ ਨਾ, ਇੱਦਾਂ ਨਾ ਕਰ। ਮੇਰੀ ਚੁੰਨੀ ਉੱਲਰ ਉੱਲਰ ਕੇ ਤੇਰੇ ਪੈਰਾਂ ਚ ਡਿੱਗਦੀ ਪਈ ਹੈ। ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਨਾ ਕਰ ਮਾਸੀ। ਜਿੱਥੇ ਮਰਜ਼ੀ ਵਿਆਹ ਲਓ ਆਪਣੀ ਕੁੜੀ ਨੂੰ, ਸਾਡੇ ਵੱਲੋਂ ਜਵਾਬ ਆ। ਨਾ ਮਾਸੀ ਨਾ, ਤੇਰੇ ਅੱਗੇ ਹੱਥ ਜੋੜਦੀ ਹਾਂ। ਸਾਡੇ ਤੇ ਜ਼ੁਲਮ ਨਾ ਕਰ ਮਾਸੀ, ਜ਼ੁਲਮ ਨਾ ਕਰ। ਰੋਈ ਤੇ ਟਕਰਾ ਮਾਰ ਮਾਰ ਕੇ ਮਰ ਜੂ ਮਾਸੀ। ਨੀ ਮਰਦੀ ਹੈ ਤਾਂ ਮਰ ਜੇ ਮੇਰੀ ਜੁੱਤੀ ਨੂੰ। ਅੱਜ ਤੋਂ ਬਾਅਦ ਨਾ ਗੈਵੀ ਤੁਹਾਡਾ ਜਵਾਈ ਹੈ ਤੇ ਨਾ ਰਾਵੀ ਮੇਰੀ ਨੂੰ। ਕਿਆ ਤੂੰ ਤਫਾ ਹੋ, ਗੱਲ ਨਹੀਂ ਕਰ ਬਾਰੇ ਤੋਂ। ਮਾਸੀ ਮੇਰੀ ਗੱਲ ਤਾਂ ਸੁਣ ਮਾਸੀ। ਨੀ ਕਿਹੜੀ ਗੱਲ ਹੈ, ਚੱਲ ਤੂੰ ਇਥੋਂ। ਮਾਸੀ ਨਾ ਕੋਈ ਡਰ ਮਾਸੀ, ਇਹ ਗੱਲ ਕਿਹੜਾ ਰੱਬ, ਚੱਲ ਇਥੋਂ। ਆਈ ਇਹ ਗੱਲ ਕਰਨ। ਹਾਂ ਪੁੱਤ ਗੈਵੀ, ਮੈਂ ਤੇਰੀ ਬੀਬੀ ਬੋਲ ਰਹੀ ਹਾਂ। ਤੁਸੀਂ ਸਾਰੇ ਠੀਕ ਹੋ ਬੀਬੀ? ਅਸੀਂ ਤੇ ਸਭ ਠੀਕ ਠਾਕ ਹਾਂ, ਤੂੰ ਜਿਉਂਦਾ ਰਹਿ ਪੁੱਤ, ਤੂੰ ਆਪਣੀ ਰਾਜੀ ਖੁਸ਼ੀ ਦੱਸ। ਮੈਂ ਤਾਂ ਠੀਕ ਹਾਂ ਬੀਬੀ। ਤੇਰੀ ਆਵਾਜ਼ ਸੁਣ ਕੇ ਕਾਲਜੇ ਚ ਠੰਡ ਪੈ ਗਈ। ਬੀਬੀ ਮੈਂ ਤਾਂ ਇਸ ਲਈ ਫੋਨ ਕੀਤਾ ਸੀ ਕਿ ਬਾਈ ਰਣਜੀਤ ਸਿੰਘ ਹੋਰਾਂ ਦੇ ਘਰ ਮੈਂ ਕਈ ਦਿਨਾਂ ਦਾ ਫੋਨ ਕਰ ਰਿਹਾ, ਉਹਨਾਂ ਦਾ ਫੋਨ ਹੀ ਨਹੀਂ ਲੱਗਦਾ। ਪੁੱਤ ਤੈਨੂੰ ਤਾਂ ਪਤਾ ਹੀ ਹੈ ਇਥੋਂ ਦੇ ਅੱਗ ਲੱਗਦੇ ਫੋਨਾਂ ਦਾ, ਚੱਲਦੇ ਘੱਟ ਤੇ ਬੰਦ ਜ਼ਿਆਦਾ ਰਹਿੰਦੇ ਨੇ। ਉਹਦੇ ਤਾਂ ਮੋਬਾਈਲ ਵੀ ਬੰਦ ਆਈ ਜਾਂਦਾ ਹੈ। ਕੋਈ ਨਾ, ਤੂੰ ਫਿਕਰ ਨਾ ਕਰੀ, ਮੈਂ ਤੇਰੀ ਰਾਜੀ ਖੁਸ਼ੀ ਦਾ ਸੁਨੇਹਾ ਉੱਥੇ ਪਹੁੰਚਾ ਦੂੰ। ਤੁਸੀਂ ਐਂ ਕਰੋ ਬੀਬੀ, ਮੇਰਾ ਇਥੋਂ ਦਾ ਫੋਨ ਨੰਬਰ ਬਦਲ ਗਿਆ ਹੈ, ਤੁਸੀਂ ਮੇਰਾ ਨਵਾਂ ਨੰਬਰ ਲਿਖ ਲਵੋ, ਨਾਲੇ ਉਹਦੇ ਹੋਰਾਂ ਨੂੰ ਦੇ ਦੇਣਾ, ਠੀਕ ਹੈ? ਹਾਂ ਹਾਂ ਪੁੱਤ, ਲਿਖਾ ਲਿਖਾ ਮੈਨੂੰ, ਚੱਲ ਛੇਰਾ ਛੇਤੀ ਕਰ, ਮੈਂ ਪਹੁੰਚਾ ਦੂੰ ਉੱਥੇ। ਹਾਂ ਦੱਸ। ਮੈਂ ਦਾਜ ਦੀ ਲਿਸਟ ਦੇਖ ਲਈ ਹੈ, ਤੁਸੀਂ ਫਿਕਰ ਨਾ ਕਰੋ ਜੀ, ਮੇਰੀ ਕੱਲੀ ਕੱਲੀ ਧੀ ਹੈ, ਮੈਂ ਕਿਸੇ ਚੀਜ਼ ਦੀ ਕਾਰਡ ਨਹੀਂ ਆਂਦਾਂਗਾ। ਪਰ ਤੁਸੀਂ ਇਹ ਤਾਂ ਦੱਸੋ ਕਿ ਤੁਹਾਡਾ ਮੁੰਡਾ ਕਦੋਂ ਬਾਹਰੋਂ ਆ ਰਿਹਾ? ਉਹਨੇ ਤਾਂ ਆ ਹੀ ਜਾਣਾ ਜੀ, ਬਸ ਤੁਸੀਂ ਵਿਆਹ ਦੀ ਤਰੀਕ ਪੱਕੀ ਕਰੋ। ਰੁਕ ਜਾਣੀ ਸੱਸੇ, ਆ ਕੀ ਜ਼ੁਲਮ ਕਰਨ ਲੱਗੀ ਹੈ। ਸੱਸੇ, ਇਹ ਕੁੜੀ ਕੌਣ ਹੈ ਜੀ? ਇਹ ਤਾਂ ਪਾਗਲ ਹੈ ਜੀ। ਅੱਜ ਮੈਂ ਪਾਗਲ ਹਾਂ? ਉਦੋਂ ਤਾਂ ਮੈਂ ਪਾਗਲ ਨਹੀਂ ਸਾਂ ਜਦੋਂ ਮੇਰੇ ਸਾਹਾਂ 'ਚ ਸਾਹ ਲੈਂਦੀ ਸੈਂ, ਮੇਰੇ ਪੈਰਾਂ ਹੇਠ ਅੱਖੀਆਂ ਵਿਛਾਉਂਦੀ ਸੈਂ। ਉਦੋਂ ਮੈਂ ਨੂਰ ਸਾਂ, ਸ਼ਹਿਜ਼ਾਦੀ ਸਾਂ। ਨੀ ਤੂੰ ਮੇਰਾ ਸਾਥ ਲੈਣ ਲਈ ਕਿਹੜੇ ਕਿਹੜੇ ਪਾਪੜ ਨਹੀਂ ਮੇਲੇ, ਸਿਰਫ ਇਸ ਕਰਕੇ ਕਿ ਉਦੋਂ ਮੇਰੇ ਵੀਰ ਖੁਸ਼ਹਾਲ ਸਨ, ਉਹਨਾਂ ਕੋਲ ਦੌਲਤ ਸੀ, ਜ਼ਮੀਨਾਂ ਸਨ। ਅੱਜ ਸਾਡੇ ਤੇ ਮਾੜੇ ਦਿਨ ਆਏ ਨੇ ਤੇ ਤੂੰ ਮੈਨੂੰ ਪਾਗਲ ਦੱਸ ਰਹੀ ਹੈ? ਬਕਵਾਸ ਬੰਦ ਕਰਨੀ, ਤੂੰ ਸਾਡੇ ਘਰ ਲੈਣ ਕੇ ਆਈ ਹੈ? ਤੇਰੇ ਅੰਦਰ ਦੀ ਸੁੱਤੀ ਹੋਈ ਮਾਂ ਨੂੰ ਜਗਾਉਣ ਆਈ ਹਾਂ, ਤੇਰੀਆਂ ਅੱਖਾਂ ਤੋਂ ਲਾਲਚ ਦੀ ਪੱਟੀ ਲਾਉਣ ਆਈ ਹਾਂ। ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਨਿਕਲ ਜਾ ਮੇਰੇ ਘਰੋਂ। Thank you.
तेरी किस्मत चंगी आ मासी, जेड़ा हाले तक असी तेरे नाल रिश्ता नहीं तोड़िया। नहीं जिन्हों हाथों नाल तू मेरी भैन नूं धक्का मारिया ना, तेरे मैं हाथ तोड़ देने सी। ਸਾਨੂੰ ਇਸ ਘਰ ਚੋਂ ਕਦੇ ਠੰਡੀ ਹਵਾ ਨਹੀਂ ਆਉਣੀ ਰਾਵੀ। ਕੀ ਲੈਣ ਆ ਗਈ ਸੀ ਇੱਥੇ ਮੇਰੀ ਇਹ ਕਮਲੀਏ ਭੈਣੇ, ਚੱਲ ਚਲੀਏ। ਤੁਸੀਂ ਲੋਕੀ ਕਿੱਥੇ ਚਲੇ ਹੋ ਜੀ? ਉਹ ਲੋਕੀ ਤੇ ਵੀ ਬਕਵਾਸ ਕਰੇ ਸੀ, ਮੇਰੀ ਗੱਲ ਤਾਂ ਸੁਣੋ। ਡੈਡੀ, ਇਹ ਔਰਤ ਤਾਂ ਮੈਨੂੰ ਇੱਕ ਨੰਬਰ ਦੀ ਧੋਖੇਬਾਜ਼ ਲੱਗਦੀ ਹੈ। ਠੀਕ ਕਹਿ ਰਹੀ ਹੈ, ਅਸੀਂ ਤਾਂ ਇਹਨਾਂ ਠੱਗਾਂ 'ਚ ਫਸ ਚੱਲੇ ਸੀ। ਚੱਲ ਚਲੀਏ ਡੀਅਰ ਡਾਟਰ। ਨਹੀਂ ਸੁਣੋ। ਚੱਲ ਬਈ ਤੋਤਾ ਸਿਆ, ਨੀਵਾ ਨੀਵਾ ਹੋ ਕੇ ਤੂੰ ਤਾਂ ਮਾਰੋ ਡਾਰੀ। ਮੈਂ ਤੈਨੂੰ ਕਿੰਨਾ ਸਮਝਾਇਆ ਪਟਵਾਰੀ ਦੀ ਧੀਏ, ਪਰ ਤੂੰ ਨਾ ਸਮਝੀ। ਮੈਂ ਜਦ ਵੀ ਘਰ ਤੋਂ ਬਾਹਰ ਜਾਇਆ ਕਰਦਾ ਕੋਈ ਨਵਾਂ ਸਿਆਪਾ ਖੜਾ ਕਰਿਆ ਕਰਦੀ ਹੈ। ਵੇਖ ਖੜ ਜਾ ਵੇ, ਤੇਰਾ ਸਿਆਪਾ ਤਾਂ ਮੈਂ ਹੁਣੇ। ਐਡੀ ਵੱਡੀ ਗੱਡੀ, ਐਡੀ ਸੋਹਣੀ ਕੁੜੀ, ਵੇਖਾ ਤਾਂ ਭਲਾ। ਆਖਿਰ ਲੱਭ ਹੀ ਲਿਆ, ਗੈਵੀ ਦਾ ਘਰ ਲੱਭ ਹੀ ਲਿਆ। ਧੀਏ ਤੂੰ ਭਲਾ ਕੌਣ ਹੈ? ਮੈਂ ਗੈਵੀ ਨਾਲ ਪੜ੍ਹਦੀ ਸੀ ਆਂਟੀ ਜੀ। ਆਂਟੀ ਜੀ ਨਹੀਂ, ਮੈਂ ਬਾਹਰ ਜਾਵਾਂ ਤੇਰੇ ਆਂਟੀ ਕਹਿੰਦੇ। ਆ ਜਾ ਧੀਏ, ਆ ਜਾ, ਆ ਲੈ ਫੜ, ਬਹਿ ਜਾ ਧੀਏ, ਬਹਿ ਜਾ, ਬਹਿ ਜਾ। ਥੈਂਕ ਯੂ। ਅੱਛਾ, ਇਹ ਗੱਡੀ ਤੇਰੀ ਆਪਦੀ ਹੈ? ਇਹੋ ਜਿਹੀਆਂ ਤਾਂ ਤਿੰਨ ਚਾਰ ਗੱਡੀਆਂ ਨੇ ਸਾਡੇ ਘਰੇ। ਮਾਪਿਆਂ ਦੀ ਇਕੱਲੀ ਧੀਆਂ ਤੇ ਸਾਰੀ ਜਾਇਦਾਦ ਦੀ ਇਕੱਲੀ ਵਾਰਿਸ। ਧੀਏ ਮੈਂ ਤੈਥੋਂ ਇੱਕ ਗੱਲ ਪੁੱਛਾਂ? ਪੁੱਛੋ ਆਂਟੀ ਜੀ। ਤੇਰਾ ਰਿਸ਼ਤਾ ਵਗੈਰਾ ਕਿਤੇ ਹੋਇਆ ਕਿ? ਰਿਸ਼ਤਾ ਕਿੱਥੇ ਆਂਟੀ ਜੀ, ਗੈਵੀ ਨੇ ਤਾਂ ਮੈਨੂੰ ਬੜਾ ਹੀ ਦੁਖੀ ਕੀਤਾ ਹੈ। ਉਹਦੀ ਯਾਦ 'ਚ ਤਾਂ ਮੈਂ ਖੂਨ ਦੇ ਅੱਥਰੂ ਰੋਈ ਹਾਂ। ਉਹਦੇ ਝੂਠੇ ਲਾਰਿਆਂ ਨੇ ਤਾਂ ਮੇਰੀ ਜਵਾਨੀ ਨੂੰ ਰੋਗ ਲਾ ਦਿੱਤਾ। ਤੂੰ ਫਿਕਰ ਨਾ ਕਰਦੀ ਏ, ਮੈਂ ਤਾਂ ਉਹਦੇ ਪਿਓ ਦੀ ਰੇਲ ਬਣਾ ਦਿੰਦੀ ਹੈ। ਗੈਵੀ ਤਾਂ ਸ਼ਾਇਦ ਕੀ ਹੈ, ਰਿਜਕ ਮੇਰੇ ਘਰ ਠਾਠਾ ਮਾਰਦਾ ਫਿਰਦਾ ਹੈ ਤੇ ਮੈਂ ਵੀ ਪਾਣੀ ਦੀ ਘੁੱਟ ਲਈ ਇੱਧਰ ਉੱਧਰ ਤੜਫਦੀ ਫਿਰਦੀ ਹਾਂ। ਧੀਏ ਤੂੰ ਮੈਨੂੰ ਇੱਕ ਗੱਲ ਤਾਂ ਦੱਸ ਕਿ ਤੇਰਾ ਪਿਓ ਮੈਨੂੰ ਦਾਜ ਦਾ ਮੋਹ ਮੰਗਿਆ? ਉਹਦੀ ਤੁਸੀਂ ਫਿਕਰ ਨਾ ਕਰੋ ਆਂਟੀ ਜੀ, ਜਿੰਨਾ ਤੁਸੀਂ ਕਹੋ ਉਹਦੇ ਨਾਲੋਂ ਵੱਧ। ਪਰ ਤੁਸੀਂ ਮੇਰੇ ਡੈਡੀ ਨੂੰ ਇੱਕ ਵਾਰ ਮਿਲੋ ਤਾਂ ਸਹੀ। ਮੈਂ ਕੱਲ ਹੀ ਆ ਜਾਣੀ ਹੈ। ਨਹੀਂ ਆਂਟੀ ਜੀ, ਪਹਿਲਾਂ ਮੈਂ ਗੈਵੀ ਨਾਲ ਗੱਲ ਕਰਨਾ ਚਾਹੁੰਦੀ ਹਾਂ। ਜੰਮ ਜੰਮ ਕਰ ਧੀਏ, 100 ਵਾਰ ਕਰ। ਕਰਾਂ ਤੇ ਕਿਵੇਂ ਕਰਾਂ, ਤੁਸੀਂ ਆਪ ਦੱਸੋ। ਮੇਰੇ ਕੋਲ ਤਾਂ ਉਹਦਾ ਫੋਨ ਨੰਬਰ ਵੀ ਨਹੀਂ ਹੈਗਾ। ਲੈ ਨੰਬਰ ਦੀ ਕਿਹੜੀ ਗੱਲ ਹੈ, ਮੈਂ ਤੈਨੂੰ ਹੁਣੇ ਲਿਆ ਕੇ ਦਿੰਦੀ ਹਾਂ, ਤੂੰ ਬੈਠ, ਮੈਂ ਹੁਣੇ ਆਈ। ਬੁੜੀ ਨੂੰ ਕਰ ਹੀ ਲਿਆ ਕਾਬੂ ਚ। ਆਏ ਹਾਏ, ਉਹ ਕਿੱਥੇ ਮਰ ਗਿਆ? ਉਹ ਕੱਪੜੇ ਪਾਉਣ ਗਿਆ ਕਿ ਸਵਾਉਣ ਬਹਿ ਗਿਆ? ਓਏ ਹੋਏ, ਮਿੰਤਾ ਤੇਰੀਆਂ ਕਾਲੀਆਂ ਨੇ ਮਾਰ ਲਿਆ ਪਟਵਾਰੀ ਦੀ ਧੀਏ। ਤਿਆਰ ਹੋਇਆ ਕਰਦਾ ਬੇ, ਤੂੰ ਹੁਣ ਤੱਕ ਕੀ ਕਰਦਾ ਪਿਆ ਸੀ ਇੰਨੀ ਦੇਰ ਦਾ? ਪੱਗ ਬੰਨਦਾ ਸੀ, ਸ਼ੀਸ਼ਾ ਦੇਖਦਾ ਸੀ। ਸ਼ੀਸ਼ਾ ਦੇਖਦਾ ਸੀ ਨਾ, ਤੇਰੀ ਹੁਸਨ ਜਵਾਨੀ ਚ ਕੋਈ ਫਰਕ ਨਹੀਂ ਪੈਣ ਲੱਗਿਆ। ਚੱਲ ਤੁਰ ਹੁਣ। ਆ ਮੈਨੂੰ ਐਂ ਤਾਂ ਦੱਸ ਦੇ, ਮੈਨੂੰ ਸਜ਼ਾ ਸੰਵਾਰ ਕੇ ਕਿੱਧਰ ਲੈ ਕੇ ਚੱਲੀ ਐ? ਵੇ ਤੂੰ ਘਬਰਾ ਨਾ, ਤੈਨੂੰ ਮੋਗੇ ਵਾਲੀ ਮੰਡੀ ਚ ਵੇਚ ਕੇ ਨਹੀਂ ਆਉਂਦੀ, ਤੇਰੀ ਤਾਂ ਕਿਸੇ ਨੇ ਦਵਾਨੀ ਵੀ ਨਹੀਂ ਦੇਣੀ। ਚੱਲ ਤੁਰ ਹੁਣ। ਤੁਰ ਪਾਉਣਾ, ਹੇ ਰੱਬਾ ਬਚਾਈ ਮੈਨੂੰ। ਪਰ ਮਾਸਟਰ ਦਾਰਾ ਸਿਆਂ ਸਿਆਣੇ ਕਿਹਾ ਕਰਦੇ ਆ ਵੀ ਜਿਹੜਾ ਤੀਮੀ ਪਿੱਛੇ ਲੱਗ ਗਿਆ ਉਹ ਨਾ ਕਦੀ ਬਚਿਆ। ਚੱਲ ਪੈ, ਰੁਕਿਆ ਕਰਦੇ ਆ, ਰੁਕਿਆ ਕਰਦੇ ਆ, ਆ ਜਾ, ਪੈਸੇ ਦੇ ਦੇ ਇਹਨੂੰ, ਰਿਕਸ਼ਾ ਵਾਲੇ ਨੂੰ। ਸੰਧੂ ਸਾਹਿਬ, ਸੰਧੂ ਸਾਹਿਬ, ਉੱਚੀ ਮਾਰਾ ਸੰਧੂ ਸਾਹਿਬ। ਹਾਂਜੀ ਦੱਸੋ, ਮੈਂ ਆ ਸੰਧੂ। ਸੰਧੂ ਸਾਹਿਬ ਤੁਸੀਂ ਪੈਰੀ ਪੈ ਜਾ, ਚੁੱਟੂਆ ਜਾ, ਖੜਾ ਕੀ ਵੇਖੀ ਜਾਂਦਾ ਵੇ, ਪੈਰੀ ਪੈ ਜਾ। ਤੁਸੀਂ ਕੌਣ ਹੋ?
ਮੈਂ ਤਾਂ ਪੈਰੀ ਪੈਣਾ ਆਇਆ ਜੀ ਇਹਨੇ ਰੱਖੇ ਮੈਨੂੰ ਇਸ ਕੰਮ ਲਈ ਹੈ ਜਿੱਥੇ ਕਹਦੇ ਕਰਦੀ ਹੈ ਪੈ ਜਾ ਕਰਦਾ ਪਰ ਤੁਸੀਂ ਮੈਨੂੰ ਇਹ ਤਾਂ ਦੱਸੋ ਤੁਹਾਨੂੰ ਕੰਮ ਕੀ ਹੈ ਮੇਰਾ ਪੁੱਤਰ ਨਾ ਜੀ ਬਾਹਰਲੇ ਮੁਲਕ ਗਿਆ ਹੋਇਆ ਹੈ ਬਸ ਤੁਸੀਂ ਉਸ ਨੂੰ ਆਪਣਾ ਪੁੱਤਰ ਬਣਾ ਲਓ ਕੀ ਗੱਲ ਤੁਸੀਂ ਪੁੱਤ ਵੇਚਦੇ ਫਿਰਦੇ ਹੋ ਤੁਸੀਂ ਠੀਕ ਆਖਿਆ ਡੈਡੀ ਜੀ ਇਹ ਲੋਕ ਆਪਣੇ ਪੁੱਤਰ ਨੂੰ ਹੀ ਵੇਚਣ ਤੁਰੇ ਹੋਏ ਨੇ ਪਹਿਲਾਂ ਤਾਂ ਇਹਨਾਂ ਨੇ ਇੱਕ ਥਾਂ ਤੇ ਵੇਚਿਆ ਸੀ ਉੱਥੇ ਮੂੰਹੋਂ ਮੰਗਿਆ ਮੁੱਲ ਨਹੀਂ ਮਿਲਿਆ ਤੇ ਹੁਣ ਦੂਜੀ ਥਾਂ ਤੇ ਵੇਚਣ ਆਏ ਨੇ ਇਹ ਤੂੰ ਕੀ ਕਹਿ ਰਹੀ ਧੀ ਰਾਣੀਏ ਧੀ ਰਾਣੀ ਕਦੇ ਰਾਵੀ ਵੀ ਤਾਂ ਤੇਰੀ ਧੀ ਰਾਣੀ ਸੀ ਨੂਰ ਸੀ ਤੇਰੀ ਅੱਖਾਂ ਦਾ ਡੈਡੀ ਇਹ ਉਹ ਔਰਤ ਹੈ ਜਿਹੜੀ ਆਪਣੇ ਮੁੰਡੇ ਦਾ ਰਿਸ਼ਤਾ ਕਿਸੇ ਕੁੜੀ ਦੇ ਨਾਲ ਨਹੀਂ ਦਾਜ ਨਾਲ ਕਰਨਾ ਚਾਹੁੰਦੀ ਹੈ ਪਹਿਲਾਂ ਤਾਂ ਇਹਨੇ ਉਹਦੇ ਦੀ ਭੈਣ ਦੇ ਨਾਲ ਆਪਣਾ ਮੁੰਡਾ ਮੰਗਿਆ ਤੇ ਜਦੋਂ ਉਹਨਾਂ ਦੇ ਦਿਨ ਮਾੜੇ ਆ ਗਏ ਤੇ ਫੇਰ ਸਾਡੇ ਘਰ ਹੱਥ ਅੱਡਣ ਆ ਗਈ ਨਹੀਂ ਤੂੰ ਮੈਨੂੰ ਇਹ ਦੱਸ ਜੇ ਸਾਡੇ ਤੇ ਦਿਨ ਮਾੜੇ ਆ ਗਏ ਫੇਰ ਤੂੰ ਕਿੱਥੇ ਜਾਏਂਗੀ ਕਿਹੜੀ ਮੰਡੀ ਚ ਵੇਚੇਂਗੀ ਤੂੰ ਆਪਣੇ ਮੁੰਡੇ ਨੂੰ ਦੱਸ ਸੰਧੂ ਸਾਹਿਬ ਤੁਸੀਂ ਆਪਣੀ ਧੀ ਨੂੰ ਰੋਕੋ ਤਾਂ ਸਹੀ ਨੋ ਨੋ ਮੈਂ ਅੱਜ ਤੱਕ ਆਪਣੀ ਧੀ ਨੂੰ ਕਦੇ ਵੀ ਕੋਈ ਚੰਗੀ ਗੱਲ ਕਰਨ ਤੋਂ ਨਹੀਂ ਰੋਕਿਆ ਸੰਧੂ ਸਾਹਿਬ ਬੇਇੱਜ਼ਤੀ ਕੋਈ ਜ਼ਿਆਦਾ ਹੋਇਆ ਕਰਦੀ ਹੈ ਬੇਇੱਜ਼ਤੀ ਬੇਇੱਜ਼ਤੀ ਤਾਂ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ ਤੇ ਤੁਹਾਡੇ ਵਰਗੇ ਲੋਕਾਂ ਨੂੰ ਤਾਂ ਇੱਜ਼ਤ ਦਾ ਮਤਲਬ ਹੀ ਨਹੀਂ ਪਤਾ ਅੱਜ ਮੈਂ ਤੁਹਾਡਾ ਉਹ ਹਾਲ ਕਰਾਂਗੀ ਕਿ ਫੇਰ ਤੁਸੀਂ ਕਿਸੇ ਦੀ ਧੀ ਦੇ ਘਰ ਜਾਣ ਜੋਗੇ ਬਿਲਕੁਲ ਵੀ ਨਾ ਰਹੋਗੇ ਮੇਰੀ ਗੱਲ ਤਾਂ ਸੁਣ ਧੀਏ ਨਹੀਂ ਹੁਣ ਤੂੰ ਕੀ ਸੁਣਾਉਣਾ ਚਾਹੁੰਦੀ ਹੈ ਫੱਫੇ ਕੁੱਟਣੀਏ ਜੇ ਤੇਰੇ ਘਰ ਕੋਈ ਧੀ ਹੁੰਦੀ ਤੇ ਫੇਰ ਮੈਂ ਵੇਖਦੀ ਤੂੰ ਕਿਵੇਂ ਅੱਡੀਆਂ ਚੁੱਕ ਚੁੱਕ ਕੇ ਗੱਲਾਂ ਕਰਦੀ ਜਿਹੜੇ ਗਰੀਬ ਮਾਪੇ ਤੁਹਾਡੇ ਵਰਗੇ ਲਾਲਚੀ ਲੋਕਾਂ ਦਾ ਮੂੰਹ ਨਹੀਂ ਭਰ ਸਕਦੇ ਉਹਨਾਂ ਦੀਆਂ ਧੀਆਂ ਸਾਰੀ ਉਮਰ ਘਰ ਬੈਠੀਆਂ ਬੁੱਢੀਆਂ ਹੋ ਜਾਂਦੀਆਂ ਪਰ ਪੁੱਤ ਵੀ ਚੱਲ ਬੁੜਿਆ ਤੂੰ ਤਾਂ ਇੱਥੋਂ ਨਿਕਲ ਨਿਕਲ ਚੱਲ ਨਹੀਂ ਤੂੰ ਵੀ ਨਿਕਲ ਧੀਏ ਮੇਰੀ ਗੱਲ ਸੁਣ ਜਸਟ ਗੇਟ ਆਊਟ ਮੇਰੀ ਗੱਲ ਨਿਕਲ ਇੱਥੋਂ ਆ ਜਾ ਅੱਜ ਤੇਰੇ ਨਾਲ ਠੀਕ ਹੋਇਆ ਕਰਦੀ ਹੈ ਜਗੀਰ ਕਰੇ ਮਿੱਤਰਾਂ ਨੂੰ ਤੂੰ ਟੱਕਰੀ ਤੈਨੂੰ ਟੱਕਰੀ ਭਰਿੰਡ ਵੱਡ ਖਾਣੀ ਸਵਾਦ ਆ ਗਿਆ ਕਰਦਾ ਮਾਟ ਗੈਵੀ ਮੇਰਾ ਪੁੱਤਰ ਨਾ ਚਿੱਠੀ ਨਾ ਪੱਤਰ ਤੂੰ ਕਦ ਆਇਆ ਕਰਦਾ ਮੈਂ ਆਇਆ ਨੀ ਪਾਪਾ ਜੀ ਬੁਲਾਇਆ ਗਿਆ ਪੁੱਤਰ ਮੈਂ ਤਾਂ ਨਹੀਂ ਤੈਨੂੰ ਬੁਲਾਇਆ ਮੈਨੂੰ ਤੂੰ ਨਹੀਂ ਬੀਬੀ ਰਾਵੀ ਨੇ ਬੁਲਾਇਆ ਰਾਵੀ ਵੇ ਕਿਹੜੀ ਰਾਵੀ ਵਾਹ ਵਾਹ ਬੀਬੀ ਵਾਹ ਐਡੀ ਛੇਤੀ ਰਾਵੀ ਨੂੰ ਭੁੱਲ ਗਈ ਇਹਨੂੰ ਕੁਛ ਵੀ ਯਾਦ ਨਹੀਂ ਹੋਇਆ ਕਰਦਾ ਪੁੱਤਰ ਇਹਨੂੰ ਯਾਦ ਕਰਾ ਇਹ ਮੇਰੀ ਥਾਂ ਥਾਂ ਤੇ ਬੇਇੱਜ਼ਤੀ ਕਰਾਇਆ ਕਰਦੀ ਹੈ ਵੇ ਤੂੰ ਵੀ ਬੋਲਣ ਲੱਗ ਪਿਆ ਮੈਂ ਤੁਹਾਡਾ ਭਲਾ ਕੀ ਬੁਰਾ ਕਰਤਾ ਬੁਰਾ ਤਾਂ ਤੂੰ ਉਹਨਾਂ ਦਾ ਕਰ ਰਹੀ ਹੈ ਬੀਬੀ ਜਿੰਨਾ ਕਰਕੇ ਮੈਂ ਅੱਜ ਇੱਥੇ ਤੱਕ ਪਹੁੰਚਿਆ ਤੇ ਜੇ ਅੱਜ ਉਹਨਾਂ ਤੇ ਮਾੜੇ ਦਿਨ ਆ ਗਏ ਤਾਂ ਤੂੰ ਆਪਣਾ ਚੈੱਕ ਕੈਸ਼ ਕਰਾਉਣ ਲਈ ਦੂਜਾ ਬੈਂਕ ਨੰਬਰ ਤੁਰ ਪਈ ਕੀ ਦੇ ਵਾਸਤੇ ਓਏ ਕੀ ਦੇ ਵਾਸਤੇ ਓਏ ਤੇਰੇ ਲਈ ਨਲਾਇਕਾ ਜਨਾਨੀ ਮਿਲਣੀ ਤੈਨੂੰ ਦਾਜ ਮਿਲਣਾ ਤੈਨੂੰ ਮੈਂ ਕਿਹੜਾ ਮੈਂ ਆਪਣੀ ਛਾਤੀ ਤੇ ਰੱਖ ਕੇ ਲੈ ਜਾਣਾ ਮੈਂ ਅੱਜ ਦੇ ਜ਼ਮਾਨੇ ਦਾ ਇਨਸਾਨ ਹਾਂ ਬੀਬੀ ਤੇ ਦਾਜ ਦੇ ਇਸ ਕੋਡ ਤੋਂ ਮੈਂ ਕੋਹਾਂ ਦੂਰ ਹਾਂ ਵੇ ਤੇਰੇ ਅੱਜ ਦੇ ਜ਼ਮਾਨੇ 'ਚ ਕੌਣ ਦਾਜ ਨਹੀਂ ਲੈਂਦਾ ਆ ਸਾਰੇ ਵੱਡੇ ਵੱਡੇ ਲੀਡਰ ਮੰਤਰੀ ਸਾਰੇ ਦਾਜ ਲੈਂਦੇ ਵੀ ਨੇ ਤੇ ਦਿੰਦੇ ਵੀ ਨੇ ਆਪਣੇ ਜਵਾਕਾਂ ਦੇ ਵਿਆਹ 'ਚ ਕਰੋੜਾਂ ਰੁਪਇਆ ਪਾਣੀ ਵਾਂਗੂ ਵਹਾ ਦਿੰਦੇ ਨੇ ਹੁਣ ਮੈਂ ਵੀ ਕੋਈ ਦੂਜਾ ਕਰ ਲੱਭਣਾ ਦਾਜ ਲਈ ਤੇ ਤੂੰ ਪੁੱਤਰ ਵੀ ਹੋਰ ਲੱਭ ਲੈ ਮੈਂ ਰਾਵੀ ਨਾਲ ਵਿਆਹ ਕਰਾ ਕੇ ਉਸ ਨੂੰ ਆਪਣੇ ਨਾਲ ਬਾਹਰ ਲੈ ਜਾਵਾਂਗਾ ਤੇ ਸਾਰੀ ਜ਼ਿੰਦਗੀ ਮੈਂ ਤੈਨੂੰ ਆਪਣਾ ਮੂੰਹ ਨਹੀਂ ਦਿਖਾਉਂਗਾ ਅੱਜ ਤੋਂ ਮੈਂ ਤੇਰੇ ਲਈ ਮਰ ਗਿਆ ਤੇ ਮੇਰੇ ਲਈ ਨਹੀਂ ਪੁੱਤ ਨਹੀਂ ਰੁਕ ਜਾ ਪੁੱਤ ਰੱਬ ਦੇ ਵਾਸਤੇ ਰੁਕ ਜਾ ਨਹੀਂ ਨਾ ਪੁੱਤ ਨਾ ਸੁਣ ਕਿਉਂ ਰੋਕਿਆ ਕਰਦੀ ਹੈ ਤੈਨੂੰ ਮੂੰਹ ਤੇ ਪੁੱਤ ਥੋੜੀ ਚਾਹੀਦੇ ਨੇ ਤੈਨੂੰ ਤਾਂ ਦਾਜ ਚਾਹੀਦਾ ਦਾਜ ਪੁੱਤ ਆ ਮੇਰੇ ਜੋੜੇ ਹੋਏ ਹੱਥਾਂ ਵੱਲ ਦੇਖ ਫੇ ਮੈਨੂੰ ਜੱਗ ਦਾ ਤਮਾਸ਼ਾ ਨਾ ਬਣਾ ਮੈਨੂੰ ਮੈਨੂੰ ਛੱਡ ਕੇ ਨਾ ਜਾਈ ਪੁੱਤਾ ਮੈਨੂੰ ਛੱਡ ਕੇ ਨਾ ਜਾਈ ਵੇ ਮੈਨੂੰ ਰਾਵੀ ਬਾਰੇ ਆਪਣਾ ਫੈਸਲਾ ਦੱਸ ਬੀਬੀ ਪੁੱਤਰ ਜੋ ਤੂੰ ਕਹੇ ਮੈਨੂੰ ਤੇਰਾ ਹਰ ਫੈਸਲਾ ਮਨਜ਼ੂਰ ਹੈ ਪੁੱਤਰ ਜਿਵੇਂ ਤੇਰੀ ਮਰਜ਼ੀ ਤਾਂ ਫਿਰ ਠੀਕ ਹੈ ਬੀਬੀ ਤੂੰ ਕੱਲ ਹੀ ਰਾਵੀ ਦੀ ਭਾਬੀ ਕੋਲ ਜਾ ਤੇ ਮੇਰੇ ਵਿਆਹ ਦਾ ਦਿਨ ਪੱਕਾ ਕਰਕੇ ਆ ਤੇ ਨਾਲੇ ਆਪਣੇ ਕੀਤੇ ਦੀ ਮਾਫੀ ਮੰਗ ਕੇ ਆ ਅਸੀਂ ਤਾਂ ਦੋਵੇਂ ਜੀ ਥੋਤੋਂ ਮਾਫੀ ਮੰਗਣ ਆਏ ਆ ਅਸੀਂ ਦੋਵੇਂ ਨਹੀਂ ਕੱਲੀ ਤੂੰ ਜੋ ਗਲਤੀ ਕਰਿਆ ਕਰਦਾ ਉਹੀ ਮਾਫੀ ਮੰਗਿਆ ਕਰਦਾ ਨਿਰਮਲ ਕੁਰੇ ਮੈਂ ਤਾਂ ਇਹ ਕਹਿਣ ਆਈ ਆ ਕਿ ਸੁੱਖ ਨਾਲ ਗੈਵੀ ਕਰ ਵਾਪਸ ਆ ਗਿਆ ਨਿੱਕੀ ਤੋੜਤਾ ਜੂੜ ਜੋਗੀਏ ਦੇਖੋ ਜੀ ਭਾਂਡਾ ਭਾਵੇਂ ਟੁੱਟ ਜੇ ਦਿਲ ਨਹੀਂ ਟੁੱਟਣਾ ਚਾਹੀਦਾ ਹੁਣ ਤੁਹਾਡਾ ਕੀ ਹੁਕਮ ਹੈ ਮਾਸੀ ਜੀ ਉਹ ਮੈਂ ਹੁਕਮ ਕੀ ਕਰਨਾ ਜੋ ਮੇਰੇ ਪੁੱਤ ਦੀ ਖੁਸ਼ੀ ਉਹੀ ਮੇਰੀ ਖੁਸ਼ੀ ਸਾਰੀ ਤਿਆਰੀ ਤਾਂ ਤੁਸੀਂ ਕਰਨੀ ਹੈ ਬੱਚਾ ਦਿਨ ਵੀ ਤੁਸੀਂ ਦੱਸ ਦੋ ਫਿਰ ਆਪਾਂ ਜ਼ਰਾ ਦੇਰ ਨਾ ਕਰੀਏ ਜਿਵੇਂ ਤੁਹਾਡੀ ਮਰਜ਼ੀ
एक मिनट जरा गल तो सुनी। आ लिस्ट रख ले, देख ना पुत्त, जे कुड़ी सौरे घर जाके जज दा लावे पावे ना तो की फायदा। नाले चीजा तो मेनू लोका ने होर बथेरी आखे सी, पर मैं उन्हां नू कह दिता कि मैं उन्हां ते बहुता ज्यादा बोझ नहीं पाउणा, क्योंकि हुण तुहाडी ओ गल नहीं रही। गल इह आ मासी, किन्ना सब कुछ इकट्ठा कर ले, मैनू कुछ दिनां दी मोहलत चाहीदी। कोई ना कोई ना, ਗੈਵੀ ਪੁੱਤ ਹਜੇ 2 ਮਹੀਨੇ ਇੱਥੇ ਹੀ ਹੈ, ਤੂੰ ਫਿਕਰ ਨਾ ਕਰ। ਉਹਦੇ ਪੁੱਤਰ ਆ ਲਿਸਟ ਮੈਨੂੰ ਦੇ ਦਿਆ ਕਰਦੇ, ਸਾਨੂੰ ਕੁਝ ਨਹੀਂ ਚਾਹੀਦਾ। ਵੱਡਾ ਪਟਿਆਲਾ ਦਾ ਰਾਜਾ ਨਾ ਹੋਵੇ ਤਾਂ ਸਾਨੂੰ ਕੁਝ ਨਹੀਂ ਚਾਹੀਦਾ। ਤੁਸੀਂ ਮਾਸੀ ਫਿਕਰ ਨਾ ਕਰੋ, ਤੁਹਾਨੂੰ ਸਭ ਕੁਝ ਮਿਲੇਗਾ। ਇਹ ਲਿਸਟ ਨਾ ਪੁੱਤ, ਤੂੰ ਧਿਆਨ ਨਾਲ ਵੇਖ ਲਈ, ਜੇ ਇੱਕ ਚਮਚਾ ਵੀ ਕੱਟ ਗਿਆ ਨਾ ਤਾਂ ਗੱਲ ਵਿਗੜ ਜਾਣੀ ਹੈ। ਚੱਲ ਤੁਰਦਾ ਬਣ, ਹੁਣ ਹੁਣ ਮੈਂ ਲੱਗੂਗੀ ਸੋਹਣੀ, ਸਭ ਤੋਂ ਸੋਹਣੀ। ਜਗੀਰ ਕੌਰੇ, ਜਿੰਨਾ ਮਰਜ਼ੀ ਜ਼ੋਰ ਲਾ ਲੈ, ਆਏ ਨੀ ਜਵਾਨੀ ਆਇਆ ਕਰਦੀ। ਹੁਣ ਤੈਨੂੰ ਮੰਨਣਾ ਹੀ ਪੈਣਾ ਵੀ ਤੂੰ ਬੁੜੀ ਹੋ ਗਿਆ ਕਰਦੀ ਹੈ। ਵੇ ਬੁੜਾ ਹੋਏਗਾ ਤੂੰ, ਜਿਹੜਾ ਇਹ ਵਿੰਗਾ ਜਾ ਹੋ ਕੇ ਤੁਰਦਾ ਹੈ। ਚੱਲ ਅਸੀਂ ਬੁੜੇ ਸਹੀ, ਭਲਾ ਤੂੰ ਕਿਉਂ ਬੁੜੀ ਹੋਣਾ, ਜਿੰਨੀ ਦੇਰ 5 ਰੁਪਏ ਵਾਲਾ ਪੈਕਟ ਜਿਹਾ ਚੱਲਦਾ। ਅੱਛਾ ਮੈਨੂੰ ਐ ਦੱਸ, ਗੈਵੀ ਕਿੱਥੇ ਆ? ਉਹਦਾ ਫੋਨ ਆਇਆ ਸੀ, ਹਜੇ 2 ਕੁ ਦਿਨ ਹੋਰ ਲੱਗਣਗੇ, ਚੰਡੀਗੜ੍ਹ ਗਿਆ ਆਪਣੇ ਯਾਰਾਂ ਨੂੰ ਵਿਆਹ ਦੇ ਕਾਰਡ ਵੰਡਣ। ਅੱਛਾ ਅੱਛਾ, ਵਿਆਹ ਕਾਹਦਾ, ਤੈਨੂੰ ਤਾਂ ਚਾਹ ਚੜਿਆ ਤੇ ਕੁੜੀ ਵਾਲਿਆਂ ਨੂੰ ਵਕਤ ਪਾ ਰੱਖਿਆ। ਲੈ ਵਕਤ ਕਾਹਦਾ, ਅਗਲਿਆਂ ਨੇ ਜੋ ਦੇਣਾ ਹੈ ਆਪਣੀ ਧੀ ਤੇ ਜਵਾਈ ਨੂੰ ਹੀ ਦੇਣਾ। ਮੈਂ ਸਾਰਾ ਪਤਾ ਕਰ ਲੈ, ਉਦੇ ਲੱਗਿਆ ਹੋਇਆ ਪ੍ਰਬੰਧ ਕਰਨ, ਕੁਝ ਵੀ ਹੋ ਜੇ ਮੈਨੂੰ ਪੂਰਾ ਵਿਸ਼ਵਾਸ ਹੈ ਉੱਥੋਂ ਆਪਾਂ ਨੂੰ ਸਾਰਾ ਸਮਾਨ ਆਉਣਾ ਹੈ, ਭਾਵੇਂ ਉਹਨੂੰ